ਅੱਜ ਪੰਜਾਬ ਦਾ ਮਾਹੌਲ ਕੀ ਬਣ ਰਿਹਾ ਹੈ? ਸੈਂਟਰਲ ਦੀਆਂ ਏਜੰਸੀਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਮੋਦੀ ਸਰਕਾਰ ਪੰਜਾਬ ਵਿੱਚ ਡਿਸਟਰਬੈਂਸ ਕਰਾਉਣਾ ਚਾਹੁੰਦੀ ਹੈ। ਜਿਹੜੀ ਭਾਈਚਾਰਕ ਸਾਂਝ ਹੈ ਇਹਦੇ ਤਰੇੜਾ ਪਾਉਣਾ ਚਾਹੁੰਦੀ ਹੈ। ਭਰਾਵਾਂ-ਭਰਾਵਾਂ ਨੂੰ ਲੜਾਉਣਾ ਚਾਹੁੰਦੀ ਹੈ। ਐਜਾ ਮਾਹੌਲ ਬਣਾਉਣਾ ਚਾਹੁੰਦੀ ਹੈ ਪੰਜਾਬ ਵਿੱਚ ਕਿ ਪਿੰਡਾਂ ਵਿੱਚ ਲੜਾਈਆਂ ਹੋਣ। ਤੇ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਪਤਾ ਹੈ ਕਿਉਂਕਿ ਗਾਂਧੀ ਪਰਿਵਾਰ ਤੋਂ ਗੁੱਸੇ ਹੈ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਆ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨਾਲ ਮਿਲ ਕੇ ਉਹ ਜੇ ਲੋਕਾਂ ਨੂੰ ਲਾਅ ਐਂਡ ਆਰਡਰ ਖਰਾਬ ਕਰਨ ਵਾਸਤੇ ਪਿੰਡਾਂ ਵਿੱਚ ਲਾਈਆਂ ਪਾਉਣ ਵਾਸਤੇ ਉਹਨੇ ਪੁਲਿਸ ਨੂੰ ਖੁੱਲੀ ਛੁੱਟੀ ਦਿੰਦੀ ਹੈ ਜਿਸ ਦੇ ਨਾਲ ਪੰਜਾਬ 'ਚ ਮਾਹੌਲ ਖਰਾਬ ਹੋਏ ਕਿਸਾਨ ਜਥੇਬੰਦਿਆਂ ਨੇ ਪੁੱਛਣਾ ਚਾਹਣਾ ਹੈ ਕੀ ਕੈਪਟਨ ਅਮਰਿੰਦਰ ਸਿੰਘ ਉਹ ਮੁੱਖ ਮੰਤਰੀ ਹੈ ਜਿਹੜਾ ਉਹ ਕਮੇਟੀ ਦਾ ਮੈਂਬਰ ਸੀ ਜਿਨੇ ਸੱਤ ਕਾਨੂੰ ਆਚਾਰੇ ਤਿੰਨੇ ਕਾਲੇ ਕਾਨੂੰਨ ਬਣਾਏ ਦੋ ਸਾਲ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਮੀਟਿੰਗਾਂ ਕਰਦਾ ਰਿਹਾ ਤੇ ਦੱਸਿਆ ਨਹੀਂ ਆਪਾਂ ਨੂੰ ਜੇ ਉਦੋਂ ਪਤਾ ਲੱਗ ਜਾਂਦਾ ਤੇ ਇਹ ਕਾਲੇ ਕਾਨੂੰਨ ਨਹੀਂ ਹੁੰਨੇ ਸੀ ਤੁਸੀਂ ਯਾਦ ਕਰੋ 15 ਸਾਲ ਪੰਜਾਬ ਕਿਵੇਂ ਪਿੱਛੇ ਚਲੇ ਗਿਆ ਸੀ ਉਹ ਜੇ ਹਾਲਾਤ ਪੰਜਾਬ 'ਚ ਨਹੀਂ ਹੋਣੇ ਚਾਹੀਦੇ ਕਿਸੇ ਹਾਲਤ ਚ ਨਹੀਂ ਹੋਣੇ ਚਾਹੀਦੇ ਸੈਂਟਰ ਸਰਕਾਰ ਚਾਹੁੰਦੀ ਹੈ ਇੱਥੇ ਗਵਰਨਰ ਨੂੰ ਲੱਗੇ ਤੇ ਉਹ ਆਪਣੇ ਪੰਜਾਬੀਆਂ ਨੂੰ ਕੁੱਟਣ ਜਿਵੇਂ ਕਾਂਗਰਸ ਨੇ ਆਪਣਾ ਕੁੱਟਿਆ ਸੀ 15 ਸਾਲ ਗਾਂਧੀ ਪਰਿਵਾਰ ਨੇ ਆਪਣਾ ਕੁੱਟਿਆ ਸੀ ਉਹ ਜੀ ਚਾਹੁੰਦੀ ਹੈ